ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਫਗਵਾੜਾ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਦੇ ਚੱਲਦੇ ਲੱਖਾਂ ਦੀਆਂ ਦਵਾਈਆਂ ਐਕਸਪਾਇਰ ਮਿਲੀਆਂ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਲੱਖਾਂ ਦੀਆਂ ਦਵਾਈਆਂ ਦਾ ਐਕਸਪਾਇਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਦੇ ਹੀ ਸਾਡੀ ਟੀਮ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਲੱਖਾਂ ਦੀਆਂ ਦਵਾਈਆਂ ਐਕਸਪਾਇਰ ਹੋਣ ਦੇ ਚੱਲਦੇ ਉਹਨਾਂ ਨੂੰ ਡੱਬੇ ਤੋਂ ਬਾਹਰ ਕੱਢ ਕੇ ਬਾਇਓ ਵੇਸਟ ਵਿੱਚ ਸੁੱਟਣ ਦੀ ਤਿਆਰੀ ਚੱਲ ਰਹੀ ਸੀ ਜੋ ਕਿ ਮੀਡੀਆ ਦੇ ਸਾਹਮਣੇ ਖਾਲੀ ਡੱਬਿਆਂ ਨੂੰ ਲਿਫਾਫਿਆਂ ਦੇ ਵਿੱਚ ਪਾਇਆ ਜਾ ਰਿਹਾ ਸੀ ਇਸ ਸਾਰੇ ਹੀ ਮਾਮਲੇ ਸੰਬੰਧੀ ਐਸਐਮਓ ਡਾਕਟਰ ਰਜੇਸ਼ ਚੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਉਹ ਦਵਾਈਆਂ ਹਨ ਜੋ ਇਨਫੈਕਸ਼ਨ ਦੇ ਚੱਲਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸੀ ਜਿਸ ਦੀ ਇੱਕ ਸ਼ੀਸ਼ੀ ਦੀ ਕੀਮਤ 1990 ਰੁਪਏ ਪ੍ਰਿੰਟ ਹੋਈ ਹੈ ਅਤੇ ਮੌਕੇ ਤੇ ਕਰੀਬ 280 ਡੱਬੇ ਦੇਖਣ ਨੂੰ ਮਿਲੇ ਹਨ ਦੂਜੇ ਪਾਸੇ ਐਸਐਮਓ ਡਾਕਟਰ ਰਜੇਸ਼ ਚੰਦਰ ਇਹ ਵੀ ਨਹੀਂ ਦੱਸ ਪਾਏ ਕਿ ਇਹ ਦਵਾਈਆਂ ਕਦੋਂ ਆਈਆਂ ਸੀ ਅਤੇ ਕਿੰਨੇ ਸਟਾਕ ਆਇਆ ਸੀ ਅਤੇ ਕਿਉਂ ਐਕਸਪਾਇਰ ਹੋਈਆਂ ਮਰੀਜ਼ ਨੂੰ ਕਿਉਂ ਨਹੀਂ ਦਿੱਤੀਆਂ ਗਈਆਂ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਡੱਬਿਆਂ ਨੂੰ ਇੱਕ ਦਿਨ ਪਹਿਲਾਂ ਹੀ ਕੱਢ ਕੇ ਸੁੱਟ ਦਿੱਤਾ ਗਿਆ ਸੀ ਜੇਕਰ ਗੱਲ ਫਗਵਾੜਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਦੀ ਕੀਤੀ ਜਾਵੇ ਤਾਂ ਮਰੀਜ਼ ਨੂੰ ਰਾਤ ਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਵਾਈ ਨਹੀਂ ਮਿਲਦੀ ਦੂਜੇ ਪਾਸੇ ਐਕਸਪਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਬਾਇਓ ਵੇਸਟ ਵਿੱਚ ਸੁੱਟਿਆ ਜਾ ਰਿਹਾ ਹੈ ਫਗਵਾੜਾ ਨਿਵਾਸੀਆਂ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਹੀ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਦੋਸ਼ੀ ਅਧਿਕਾਰੀ ਪਾਇਆ ਜਾਂਦਾ ਹੈ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਜ਼ਰੂਰਤਮੰਦ ਲੋਕਾਂ ਨੂੰ ਦਵਾਈ ਮਿਲਣੀ ਸੀ ਉਹ ਹੁਣ ਬਾਇਓ ਵੇਸਟ ਵਿੱਚ ਜਾ ਰਹੀਆਂ ਹਨ ਸਿਵਲ ਹਸਪਤਾਲ ਵਿੱਚ ਖੜ੍ਹੇ ਹਾਂ ਜਿਹੜੇ ਇੱਥੇ 10 ਪੇਟੀਆਂ ਦੇ ਕਰੀਬ ਪਈਆਂ ਪੇਟੀਆਂ ਇਹ ਕਾਹਦਾ ਟੀਕਾ ਕਿਉਂ ਇਹਨੂੰ ਡਿਸਚਾਰਜ ਕੀਤਾ ਜਾ ਰਿਹਾ ਐਂਟੀਬਾਇਓਟਿਕ ਹੈਗੀ ਹੈ ਜਿਹੜੀ ਕਿ ਐਕਸਪਾਇਰ ਹੋਏਗਾ ਬਾਇਓ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਇਹਨਾਂ ਨੂੰ ਅਲੱਗ ਅਲੱਗ ਕਰਕੇ ਅਲੱਗ ਅਲੱਗ ਡੱਬਿਆਂ 'ਚ ਆ ਕੇ ਬਾਇਓਮੈਡੀਕਲ ਵੇਸਟ ਵੱਲ ਦੇਣਾ ਇਹਨਾਂ ਦੀ ਕਿੰਨੀ ਕੀਮਤ ਆ ਜੀ ਦੋਨਾਂ ਦੀ ਕੀਮਤ ਬਾਰੇ ਮੈਨੂੰ ਐਗਜੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਹਿ ਰਿਹਾ 300 ਸਾਢੇ 300 ਦੇ ਕਰੀਬ ਇੰਜੈਕਸ਼ਨ ਇੱਕ ਹੋਰ ਆ ਉਹ ਕਿੰਨੇ ਕੁ ਦਾ ਹੈ ਜੀ ਇੱਕ ਦੇ ਉੱਪਰ 1990 ਰੁਪਏ ਪ੍ਰਿੰਟ ਲਿਖਿਆ ਹੋਇਆ ਹਾਂਜੀ ਹੈਗਾ ਲਿਖਿਆ ਅਤੇ ਦੱਸੋ ਇਹ ਕਾਹਦੇ ਵਾਸਤੇ ਇੰਜੈਕਸ਼ਨ ਹੁੰਦਾ ਹੈ ਥੋੜ੍ਹੀ ਜਾਣਕਾਰੀ ਐਂਟੀਬਾਇਓਟਿਕ ਮਤਲਬ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਤਾਂ ਉਹਦੇ ਵਿੱਚ ਐਂਟੀਬਾਇਓਟਿਕ ਯੂਜ਼ ਕੀਤਾ ਅੱਛਾ ਇਹ ਕੁਛ ਸਾਹਮਣੇ ਆ ਵੀ ਕਿੰਨਾ ਲਾੜ ਆਇਆ ਸੀ ਉਹ ਕਿੰਨੀਆਂ ਕੁ ਸ਼ੀਸ਼ੀਆਂ ਆਈਆਂ ਲਾੜ ਦਾ ਐਗਜੈਕਟ ਤੁਹਾਨੂੰ ਪਤਾ ਲੱਗਣਾ ਜੀ ਡਰੱਗ ਸਟੋਰ ਤੋਂ ਇੱਦਾਂ ਮੈਂ ਨਹੀਂ ਦੱਸ ਸਕਦਾ ਕਿੰਨਾ ਲਾੜ ਦਾ ਸੀ ਦੱਸੋ ਮਰੀਜ਼ ਤਾਂ ਦਵਾਈਆਂ ਨੂੰ ਤਰਸਦੇ ਰਹਿੰਦੇ ਜ਼ਿਆਦਾਤਰ ਸਰਕਾਰੀ ਹਸਪਤਾਲ ਜੋ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਜੀ ਦਵਾਈਆਂ ਦੀ ਹਮੇਸ਼ਾ ਘਾਟ ਹੀ ਰਹਿੰਦੀ ਆ ਇੱਥੇ 10 ਦੇ ਕਰੀਬ ਡੱਬੇ ਆ ਇੱਕ ਡੱਬੇ ਦੇ ਵਿੱਚ 200 ਅਤੇ 80 ਦੀ ਪੈਕਿੰਗ ਆ ਜੀ 2800 ਡੱਬੀਆਂ ਜਿਹੜੀਆਂ ਵੇਸਟੇਜ ਹੋ ਗਈਆਂ ਮਤਲਬ ਇਹ ਕਿਤੇ ਆਪਾਂ ਦੂਸਰੀ ਬ੍ਰਾਂਚ ਦੇ ਵਿੱਚ ਦੂਸਰੇ ਹੋਸਪਿਟਲ 'ਚ ਸ਼ਿਫਟ ਵੀ ਕਰ ਸਕਦੇ ਸੀ ਦੇਖੋ ਜੀ ਜੇ ਸਾਨੂੰ ਜਿਹੜਾ ਪਿੱਛੋਂ ਲੋਟ ਹੈ ਨਾ ਉਹਦੇ ਹਿਸਾਬ ਨਾਲ ਕਦੋਂ ਆਇਆ ਉਹਦੇ ਹਿਸਾਬ ਨਾਲ ਕਿ ਜੇ ਸਾਨੂੰ ਕਿਹੜੀ ਡੇਟ 'ਚ ਉਹਦੇ ਸਾਨੂੰ ਦੱਸ ਸਕਦੇ ਹਾਂ ਕਿੱਦਾਂ ਦੱਸੋ ਹੈ ਤੁਹਾਡੇ ਧਿਆਨ 'ਚ ਸਾਡਾ ਜਿਹੜਾ ਸ਼ਿਫਟ ਕਰਨ ਦਾ ਜਿਹੜਾ ਮੇਨ ਹੈਗਾ ਆ ਉਹ ਡਿਸਟ੍ਰਿਕਟ ਕੋਲੰਬੀਆ ਟੋਟਲ ਪੇਟੀਆਂ ਕਿੰਨੀਆਂ ਹੈਗੀਆਂ ਸਾਰੀਆਂ ਡਰੱਗ ਸਟੋਰ ਤੋਂ ਪਤਾ ਲੱਗਣਾ ਇਸ ਟਾਈਮ ਮੌਕੇ 'ਤੇ ਪੇਟੀਆਂ ਕਿੰਨੀਆਂ ਪਈਆਂ ਜੀ 7-8 ਪੇਟੀਆਂ ਹੈਗੀਆਂ ਜੀ ਜਿਹੜੇ ਖਾਲੀ ਵੀ ਭਰੇ ਹੋਏ ਆ ਅਤੇ ਆਪਣੇ ਦੂਜੇ ਦਫ਼ਤਰ ਅਤੇ ਜਿਹੜਾ ਵੀ ਐਕਸਪਾਇਰ ਹੋਇਆ ਪੇਪਰ ਇੱਕ ਇੰਜੈਕਸ਼ਨ ਦਾ 2024 ਦਾ ਦੂਜੇ ਮੇ ਫੈਬਰੀ ਅੱਛਾ ਜੀ ਅਤੇ ਡਾਕਟਰ ਸਾਹਿਬ ਜਿਹੜੇ ਇਹਦੇ ਵਿੱਚੋਂ ਪਾਊਡਰ ਕੱਢਦੇ ਪਏ ਆ ਜਿਹੜਾ ਪਾਊਡਰ ਕੀ ਕੀਤਾ ਜਾਏਗਾ ਬਾਅਦ ਚੋਂ ਇਹ ਪਾਊਡਰ ਬਾਇਓਮੈਡੀਕਲ ਵੇਸਟ ਵਿੱਚ ਜਾਂਦੇ ਆ ਉਹਨਾਂ ਨੂੰ ਪੈਕ ਕਰਕੇ ਉਹਨੂੰ ਦੇਣਾ ਅੱਗੇ ਉਹਨੇ ਆਪ ਹੀ ਡਿਸਪੋਜ਼ ਕਰਨਾ ਡਾਕਟਰ ਸਾਹਿਬ ਸਿਵਲ ਹੋਸਪਿਟਲ ਵਾਲਿਆਂ ਦੀ ਡਿਊਟੀ ਇਹ ਹੈ ਵੀ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨਹੀਂ ਕੰਪਨੀ ਨਹੀਂ ਅਸੀਂ ਸਿਰਫ ਬਾਇਓਮੈਡੀਕਲ ਵੇਸਟ ਵਾਲਿਆਂ ਨੂੰ ਦੇਣਾ ਉਹਨਾਂ ਨੂੰ ਦੇਣੀ ਆ ਜੀ ਉਹਨਾਂ ਦੇਣੀ ਉਹ ਅੱਗੇ ਉਹਨੇ ਆਪੇ ਡਿਸਪੋਜ਼ ਕਰਨੀ ਸਾਡਾ ਇੱਕ ਰੋਲ ਹੈ ਅਤੇ ਸ਼ੀਸ਼ੀ ਦੇ ਉੱਪਰੋਂ ਸਟਿੱਕਰ ਵੀ ਲਾ ਕੇ ਭੇਜੂਗੇ ਜਾਂ ਸਟਿੱਕਰ ਸਮੇਤ ਹੀ ਜਾਏਗਾ ਦੱਸੋ ਇਹ ਕਿੰਨਾ ਕਦੋਂ ਮਾਲ ਆਇਆ ਸੀ ਇਹਨਾਂ ਕੋਲ ਸਾਹਮਣੇ ਆਇਆ ਆਪਣੇ ਡਰੱਗ ਸਟੋਰ ਤੋਂ ਹੀ ਪਤਾ ਲੱਗਣਾ ਸਿਵਲ ਅਥਾਰਟੀ ਡਰੱਗ ਸਟੋਰ ਤੋਂ ਵੀ ਕਿਹੜੀ ਟ੍ਰੀਟ ਨੂੰ ਇੰਟੈਂਟ ਹੋਇਆ ਕਿੱਥੋਂ ਆਇਆ ਕਿੱਦਾਂ ਦੱਸੋ ਇਹ ਲੱਗਦਾ ਨਹੀਂ ਸੀ ਵੀ ਆਪਾਂ ਨੂੰ ਜੇ ਆਪਾਂ ਨੂੰ ਲੱਗਦਾ ਆਪਣੇ ਕੋਲ ਸਟੋਕ ਜ਼ਿਆਦਾ ਪਿਆ ਆ ਵੀ ਇਹ ਸਟੋਕ ਨੂੰ ਆਪਾਂ ਕਿਤੇ ਹੋਰ ਸੈਂਟਰ ਜਾਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲੋੜ ਹੋਵੇ ਤਾਂ ਉੱਥੇ ਭੇਜ ਸਕਦੇ ਸੀ ਅਤੇ ਜਿਹੜਾ ਭੇਜਣ ਦਾ ਕੰਮ ਆ ਜੀ ਜ਼ਿਲ੍ਹਾ ਸਾਨੂੰ ਦਿੰਦਾ ਜਿਹੜਾ ਜ਼ਿਲ੍ਹਾ ਹੈੱਡਕੁਆਰਟਰ ਨਾ ਉਹ ਸਾਨੂੰ ਜਿਹੜਾ ਫਵਾੜੇ ਦਿੰਦਾ ਜਾਂ ਭੁਲਾਖਿਆਂ ਦਾ ਉਹਨੂੰ ਅੱਗੇ ਅੱਗੇ ਭੇਜਣਾ ਯਾਨੀ ਕਿ ਉਹਨਾਂ ਦੇ ਧਿਆਨ 'ਚ ਹੋਏਗਾ ਵੀ ਇਸ ਟਾਈਮ ਫਵਾੜਾ ਦੇ ਵਿੱਚ 8-10 ਪੇਟੀਆਂ ਇਹ ਪਈਆਂ ਆ ਜਿਹੜੀਆਂ ਐਕਸਪਾਇਰ ਹੋ ਰਹੀਆਂ ਇਹਦਾ ਮਤਲਬ ਰਿਕਾਰਡ ਉਹਨਾਂ ਦੇ ਕੋਲ ਵੀ ਹੋਏਗਾ ਤੁਸੀਂ ਡੇਲੀ ਅਪਡੇਟ ਕਰਦੇ ਹੋਣੇ ਹਾਂਜੀ ਫਵਾੜਾ